ਮੱਛੀ ਪਿੱਛੇ ਜਰਸੀ ਤੇ ਚੌਲਸਤਾਨ ਨਿਕਲਾ ਜਰਸੀ ਤੇ ਰੈਡ ਫਰੀਜ਼ੀਅਨ ਚੌਲਸਤਾਨ ਦਾ ਟੱਚ ਹੈ ਠੀਕ ਹੈ ਜਰਸੀ ਰੈਡ ਫਰੀਜ਼ੀਅਨ ਦੇ ਕੋ ਚੌਲਸਤਾਨੀ ਦਾ ਕ੍ਰਾਸ ਵੀ ਆਵੇ ਮਾਸ਼ਾਅੱਲਾ ਜੀ ਜ਼ਰਾ ਦਾ ਮਾਲਕਾਂ ਨੇ ਇਹਦਾ 26 ਲੀਟਰ ਦਾ ਰਿਕਾਰਡ ਦਿੱਤਾ ਫਿਰ ਐਸਾ ਪੂਰਾ ਕੱਦ ਪੂਰਾ ਲਿਬਾਸ ਵੈੜੀ ਦਾ ਵਾਹੋ ਤੇ ਕੱਦ ਵਾਹੋ ਮੈਂ ਸਰ ਪੂਰੀ ਤਸੱਲੀ ਕਰਾਣਾ ਸਵਾ 200 ਯਰ ਵੇਲ ਦੋਸਤਾਂ ਵੇਖ ਲੈਣੀ ਮੁਕੰਮਲ ਨਜ਼ਾਰਾ ਕਰਨਾ ਭਾਈ ਉਸ ਸਾਈਡ ਤੋਂ ਸੂਰਜ ਪੈਂਦਾ ਥੇ ਲਿਆਓ ਜ਼ਰਾ ਸਿੱਧੀ ਕਿ ਅੱਜ ਹੀ ਸੂਈ ਹੈ ਡੋਗਰ ਸਾਹਿਬ ਹਾਂਜੀ ਸੁਬਾਹ ਦੂਸਰਾ ਥਣਾ ਦੀ ਵੰਡ ਵੀ ਦੋਸਤਾਂ ਵੇਖਣੀ ਹੈ ਦੁੱਧ ਵਾਲੀਆਂ ਵੇਨਸ ਵੀ ਚੈੱਕ ਕਰ ਲੈਣੀਆਂ ਨੇ ਅਸਲਾਮੁਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਮੰਗਲ ਦਾ ਅਤੇ ਇਸ ਟਾਈਮ ਫਹਿਰੇ ਸਿਆਲਕੋਟ ਸਿਆਲਕੋਟ ਦੇ ਨਾਮਵਰ ਮਸ਼ਹੂਰ ਅਤੇ ਬ੍ਰੈਂਡ ਵਪਾਰੀ ਆਜ਼ਮ ਡੋਗਰ ਸਾਹਿਬ ਦੇ ਡੇਰੇ ਤੋਂ ਮੌਜੂਦ ਹਾਂ ਅਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਦੋਸਤਾਂ ਵਾਸਤੇ ਦੋ ਬ੍ਰੈਂਡ ਜਾਨਵਰ ਲੈ ਕੇ ਆਏ ਨੇ ਅਤੇ ਮਾਸ਼ਾਅੱਲਾ ਜੀ 24-25 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ ਕੀਮਤ ਹੈ ਉਹ ਵੀ ਮਲੂਮ ਕਰਨਾ ਅਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਦੇ ਡੇਰੇ 'ਤੇ ਪਿਓਰ ਨੀਲੀ ਦੀਆਂ ਝੋਟੀਆਂ ਵੀ ਮੌਜੂਦ ਨੇ ਅਗਰ ਕਿਸੇ ਦੋਸਤ ਨੂੰ ਚਾਹੀਦੀਆਂ ਹੁਣ ਤਾਂ ਉਹ ਵੀ ਡੋਗਰ ਸਾਹਿਬ ਨਾਲ ਰਾਬਤਾ ਕਰ ਸਕਦੇ ਨੇ ਡੋਗਰ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮ ਵਾਲੇਕੁਮ ਜੀ ਡੋਗਰ ਸਾਹਿਬ ਅੱਲਾ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਬੜਾ ਕਰਮ ਹੈ ਤੁਸੀਂ ਸੁਣਾਓ ਠੀਕ ਹੋ ਸਭ ਹੈਰੀਏ ਤੇ ਅੱਲਾ ਸੁਣੇ ਦਾ ਸਾਨ ਤੁਹਾਡੀਆਂ ਦੁਆਵਾਂ ਨੇ ਸਾਰੇ ਭਰਾਵਾਂ ਨੇ ਦੁਆ ਚ ਯਾਦ ਰੱਖਦੇ ਨੇ ਇਹਨਾਂ ਦੀ ਚਾਹਤ ਤੇ ਮੁਹੱਬਤ ਸਾਡੇ ਨਾਲ ਮੈਂ ਇਹਨਾਂ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ ਓਨਾ ਹੀ ਥੋੜ੍ਹਾ ਇਹਨਾਂ ਭਰਾਵਾਂ ਦੀ ਸਪੋਰਟ ਸਾਡੇ ਨਾਲ ਤੇ ਫਰਾਜ਼ ਸਾਹਿਬ ਅਸੀਂ ਬਹਾਦਰ ਆ ਇਹਨਾਂ ਦੀ ਸਪੋਰਟ ਨਾਲ ਨਾਲ ਬਣ ਕੇ ਵੀ ਕੀ ਕਰਨੀ ਆ ਬਿਲਕੁਲ ਜੀ ਅੱਲਾ ਜ਼ਾਤ ਦੇ ਕਰਮ ਤੇ ਦੋਸਤਾਂ ਦੀ ਸਪੋਰਟ ਇਹਨਾਂ ਦੇ ਤਾਵਨ ਨਾਲ ਮਾਸ਼ਾਅੱਲਾ ਜੀ ਕੰਮ ਚੱਲਦਾ ਪਿਆ ਜੀ ਹੋਰ ਫਰਾਜ਼ ਸਾਹਿਬ ਮਾਲ ਅੱਲਾ ਦੇ ਫਜ਼ਲ ਨਾਲ ਜਿੰਨਾ ਵੀ ਹੋਇਆ ਸਾਫ ਸੁਥਰਾ ਲਈਦਾ ਵੈੜੀ ਅੱਜ ਇੱਕ ਸੇਲ ਹੋ ਗਈ ਤੁਹਾਡੇ ਹੁਣ ਤੋਂ ਮਾਸ਼ਾਅੱਲਾ ਤਿੰਨ ਹਨ ਵੈੜੀਆਂ ਉਹ ਦੋ ਕੱਲ੍ਹ ਦੇ ਫਿਰੀਆਂ ਹਨ ਇਹ ਵੇਖੋ ਹਾਂ ਇਹ ਵੈੜੀ ਜਿਹੜੀ ਹੈ ਰਾਤੀ ਸੂਈ ਹੈ ਇਹਦੀ ਕੋਈ ਇੱਕ ਦੋ ਜੁਵਾਈ ਕੀਤੀ ਹੈ ਇਹ ਵੈੜੀ ਕੱਲ੍ਹ ਸੁਬਾਹ ਚ ਹੋਈ ਹੈ ਵੈੜੀ ਕੋ ਪੱਕਾ ਹੁਣ 25 ਡੱਬੇ ਬੋਲਾ ਹੈ ਮਾਸ਼ਾਅੱਲਾ ਇਹ ਵੱਡੀ ਪਹਿਲਵਾਨ ਹੈਗੀ ਇਹ ਵੇਖੋ ਵੱਡਾ ਜਨਮਨ ਫਰਾਜ਼ ਸਾਹਿਬ ਵੀਡੀਓ ਚ ਨਹੀਂ ਐਡਾ ਲੱਗਦਾ ਵੱਡਾ ਵੀਡੀਓ ਚ ਨਹੀਂ ਆ ਵੈੜੀ ਦੀ ਐਡੀ ਸਮਝ ਆਉਂਦੀ ਮੌਕੇ ਤੇ ਆਇਆ ਬੰਦਾ ਵੇਖਦਾ ਕਿ ਬਾਕੀ ਕੋਈ ਚੀਜ਼ ਹੈ ਛੋਟਾ ਕੱਦ ਨਹੀਂ ਪਹਿਲਨ ਬੱਚੀ ਦਾ ਇਹ ਪਹਿਲਨ ਹੈ ਹਾਂਜੀ ਪਹਿਲਨ ਗਰੰਟੀ ਨਾ ਪਹਿਲਨ ਕੀ ਬਾਤ ਹੈ ਪਹਿਲਵਾਨ ਪਹਿਲਨ ਹੋ ਗਈ ਜੀ ਮਾਸ਼ਾਅੱਲਾ ਜੀ ਭਲੀ ਸਾਹਿਬ ਵੀ ਵੇਖ ਕੇ ਹੈਰਾਨ ਹੁੰਦੇ ਨੇ ਭਲੀ ਸਾਹਿਬ ਕੀ ਹੋਇਆ ਨਹੀਂ ਪਹਿਲਾਂ ਨੇ ਫਰਾਜ਼ ਸਾਹਿਬ ਵੇਖੋ ਵੇਖੋ ਤੁਸੀਂ ਭਲਾ ਪਹਿਲਨ ਐਡੀ ਪਹਿਲਨ ਤੇ ਫਿਰ ਨਵਾਬ ਵੀ ਹੈ ਨਾ ਵੱਡੀ ਸ਼ਾਇ ਪਹਿਲਨ ਕੀ ਬਾਤ ਆਓ ਜੀ ਭਾਈ ਇਰਫਾਨ ਸਾਹਿਬ ਤੁਸੀਂ ਮਾਸ਼ਾਅੱਲਾ ਸਿਹਤਮੰਦ ਹੋ ਗਏ ਹੋ ਵਾਰਡ ਨੰਬਰ 1 ਲੈ ਆਵੋ ਜੀ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਹੈ ਮਾਸ਼ਾਅੱਲਾ ਜੀ ਪਿੰਡ ਦਾ ਨਾਮ ਹੈ ਪੀਰੋ ਚੱਕ ਵਾਰਡ ਨੰਬਰ 1 ਆ ਗਈ ਹੈ ਮੋਨੀ ਕਾਨਾ ਵਿੱਚ ਛੋਟੇ ਛੋਟੇ ਨੇ ਪ੍ਰਿੰਟ ਬੜਾ ਜ਼ਬਰਦਸਤ ਹੈ ਤੇ ਥੱਲੇ ਸੋਹਣਾ ਨਜ਼ਾਰਾ ਕਰਾਂਦੀ ਹੈ ਭਈ ਪਿੱਛੇ ਆ ਵੀ ਬੱਚੀ ਹੈ ਮਾਸ਼ਾਅੱਲਾ ਜੀ ਨਸਲ ਚੰਗੀ ਹੈ ਜਰਸੀ ਦੇ ਰੈਡ ਫਰੀਜ਼ੀਆਂ ਨੇ ਕੋਈ ਪਹਾੜੀ ਤੁਸੀਂ ਲੱਗੇ ਨਹੀਂ ਹੁੰਦੇ ਚੌਲਸਤਾਨੀ ਦਾ ਕ੍ਰਾਸ ਵੀ ਆਵੇ ਮਾਸ਼ਾਅੱਲਾ ਜੀ ਜ਼ਰਾ ਮਾਲਕਾਂ ਨੇ 26 ਲੀਟਰ ਦਾ ਰਿਕਾਰਡ ਦਿੱਤਾ ਫਿਰ ਐਸਾ ਪੂਰਾ ਕੱਦ ਪੂਰਾ ਲਿਬਾਸ ਵੈੜੀ ਦਾ ਵਾਹੋ ਤੇ ਕੱਦ ਵਾਹੋ ਮੈਂ ਸਰ ਪੂਰੀ ਤਸੱਲੀ ਕਰਾਉਣਾ ਸਵਾ 200 ਯਰ ਵੇਲ ਦੋਸਤਾਂ ਵੇਖ ਲੈਣੀ ਮੁਕੰਮਲ ਨਜ਼ਾਰਾ ਕਰਨਾ ਭਾਈ ਉਸ ਸਾਈਡ ਤੋਂ ਸੂਰਜ ਪੈਂਦਾ ਥੇ ਲਿਆਓ ਜ਼ਰਾ ਸਿੱਧੀ ਕਿ ਅੱਜ ਹੀ ਸੂਈ ਹੈ ਡੋਗਰ ਸਾਹਿਬ ਹਾਂਜੀ ਸੁਬਾਹ ਦੂਸਰਾ ਥਣਾ ਦੀ ਵੰਡ ਵੀ ਦੋਸਤਾਂ ਵੇਖਣੀ ਹੈ ਦੁੱਧ ਵਾਲੀਆਂ ਵੇਨਸ ਵੀ ਚੈੱਕ ਕਰ ਲੈਣੀਆਂ ਨੇ ਤੇ ਲਿਬਾਸ ਗੁਲਾਈ 'ਚ ਆਵੇ ਮਾਸ਼ਾਅੱਲਾ ਜੀ ਆ ਚੈੱਕ ਕਰੋ ਕੋਈ ਢਿਲਕਿਆ ਨਹੀਂ ਕੁੰਜਿਆ ਆਵੇ ਸੋਹਣੇ ਮੁੱਠੀ ਥਣ ਲੱਗੇ ਨੇ ਪਿੱਛੇ ਦੇ ਬੱਚੀ ਹੈ ਜਰਸੀ ਰੈਡ ਫਰੀਜ਼ੀਅਨ ਤੇ ਚੌਲਸਤਾਨੀ ਕ੍ਰਾਸ ਹੈ ਪਰ ਭਾਈ ਇੱਥੇ ਜ਼ਰਾ ਖੁੱਲੀ ਜਗ੍ਹਾ 'ਤੇ ਲਿਆਓ ਨਾ ਰਵੇਲ ਵੀ ਦੋਸਤਾਂ ਵੇਖਣੀ ਖਿਲਾਰੀ ਉੱਥੇ ਜ਼ਰਾ
ਰਾਤ ਦੀ ਸੂਈ ਹੈ, ਜੋਰ ਸੁੱਟ ਦਿੱਤੀ ਹੈ ਵੈੜੀ ਨੇ ਬੱਚੇ ਦਾ ਕੱਚਾ। ਜਰਸੀ ਤੇ ਚੋਲਸਤਾਨੀ ਵੱਛੀ ਮਾਸ਼ਾਅੱਲਾ ਜੀ, ਵੱਛੀ ਵੀ ਦੋਸਤਾਂ ਵੇਖ ਲੈਣੀਆਂ ਨੇ, ਕਰਮ ਵਾਲੀਆਂ ਮਾਸ਼ਾਅੱਲਾ ਜੀ ਦੋ ਹੀ ਨੇ, ਨਾੜੂ ਸਾਹਮਣੇ ਨਜ਼ਰ ਆ ਰਿਹਾ ਵੀ ਚੈੱਕ ਕਰਨਾ ਹੈ ਵੀ ਮੋਨੀ ਹੈ, ਕਾਨਿਆਂ ਵਿੱਚ ਛੋਟੇ ਛੋਟੇ ਨੇ, ਆਪਣੇ ਦੀ ਨਸਲ ਦੂਸਰੇ ਸੂਬੇ ਸੂਈ ਛਿੱਗੀ ਹੈ ਮਾਸ਼ਾਅੱਲਾ ਜੀ। ਡੋਗਰ ਸਾਹਿਬ ਇੱਕ ਹੀ ਚੁਆਈ ਕੀਤੀ ਹੈ ਜੀ, ਕੀ ਕੋਈ ਬੋਲਾ ਡੋਗਰ ਸਾਹਿਬ ਦੇ ਕੋਲ? ਇੱਕ ਫਰਾਜ਼ ਸਾਹਿਬ ਜਿਹੜਾ ਪਹਿਲਾ ਬੋਲਾ ਕੱਢਿਆ ਸੀ ਨਾ, ਉਹ ਤੇ ਅਸੀਂ ਚੋਇਆ ਵੀ ਕੋਈ 16 ਕਿਲੋ ਵੱਛੀ ਨੇ ਜਾ। ਅੱਛਾ, ਦੂਸਰੀ ਚਵਾਈ ਜਿਹੜੀ ਕੀਤੀ ਉਹਦੇ ਵਿੱਚ ਠੀਕ ਹੈ, ਦੋ ਹੀ ਚਵਾਈਆਂ ਹੋਈਆਂ ਨੇ, ਦੋਵਾਂ ਚਵਾਈਆਂ ਦੀ ਡੋਗਰ ਸਾਹਿਬ ਨੇ ਵਜ਼ਾਹਤ ਵੀ ਕਰ ਛੱਡੀ ਹੈ। ਕ੍ਰਾਸ ਅੱਛਾ ਬਰੀਡ ਮਾਸ਼ਾਅੱਲਾ ਜੀ ਜ਼ਬਰਦਸਤ ਹੈ, ਜਰਸੀ ਰੈੱਡ 26 ਲੀਟਰ ਦੁੱਧ ਦਾ ਵੱਛੀ ਦਾ ਰਿਕਾਰਡ ਵੀ ਹੈ ਮਾਸ਼ਾਅੱਲਾ ਜੀ। ਲੋ ਜੀ ਦੋਸਤੋ, ਤੁਹਾਨੂੰ ਵੀ ਚੈੱਕ ਕਰ ਲੈਣੇ ਨੇ ਜੀ, ਪੁੱਠਾ ਵੀ ਦੋਸਤਾਂ ਚੈੱਕ ਕਰਨਾ ਜੀ। ਡੋਗਰ ਸਾਹਿਬ ਵੈੜ ਨੰਬਰ 1 ਦਾ ਰੇਟ ਛਿੱਲਤ ਤੋਂ ਬੜੀ ਵੈੜੀ ਹੈ, ਬਰੀਕ ਚਮੜੀ ਰਵੇਲ ਕਾਫੀ ਪਿੱਛੇ ਵੱਛੀ ਸੋਹਣੇ ਥਣ ਜੀ। ਡੋਗਰ ਸਾਹਿਬ ਸਾਹਿਬ ਪੱਕਾ ਤੇ ਫਾਈਨਲ ਰੇਟ ਦੇਵਾਂਗੇ, ਜਿਹੜੇ ਕਿਸੇ ਭਰਾ ਦੋਸਤ ਦੇ ਪਸੰਦ ਹੋਏਗੀ 4,45,000। ਠੀਕ ਹੈ ਜੀ, ਨੰਬਰ 1 ਤੇ ਚੈੱਕ ਕਰਾਈਏ ਕੀਮਤ ਡਿਮਾਂਡ 4,45,000 ਪਿੱਛੇ ਦੇ ਵੱਛੀ ਮਾਸ਼ਾਅੱਲਾ ਜੀ, ਤੇ ਅੱਗੇ ਆ ਗਈ ਹੈ ਜੀ ਨਾਮੀ ਗ੍ਰਾਮੀ ਪਹਿਲਵਾਨ ਵਾਲੀ ਵੱਛੀ ਨਹੀਂ, ਠੀਕ ਹੈ ਵੱਛੀ ਵੇਖ ਲਓ, ਜਰਸੀ ਤੇ ਚੁਲਸਤਾਨੀ ਕਰਾਸ ਹੈ ਮਾਸ਼ਾਅੱਲਾ ਜੀ। ਇਹ ਚੈੱਕ ਕਰੋ ਜੀ, ਇਹ ਡੋਗਰ ਸਾਹਿਬ ਨੇ ਇਜਾਜ਼ ਹਾਸਲ ਹੈ ਕਿ ਇਹੋ ਜਿਹੀਆਂ ਪਹਿਲਵਾਨ ਹੁਣ ਵੀ ਵੈੜੀ ਭੋਲੀ ਹੈ। ਵੇਖੋ ਇੱਧਰ ਆਓ ਭਾਈ ਇਰਫਾਨ ਸਾਹਿਬ, ਹਲੇ ਵੈੜੀ ਭੋਲੀ। ਠੀਕ ਹੈ, ਕਿੰਨੇ ਦੰਦ ਦੇ ਡੋਗਰ? ਵੱਛੀਆਂ ਦਾ ਕੱਦ ਹੀ ਨਹੀਂ ਹੁੰਦਾ ਫੜਾ, ਨਹੀਂ ਹੁੰਦਾ ਜੀ, ਕਿੰਨੇ ਦੰਦ ਆ? ਮੂੰਹ ਜੋ ਚੌਗੀ ਤੋਂ ਛਿੱਗੀ ਲੱਗਦੀ ਹੈ ਬਈ, ਤੇ ਵੇਖੋ ਵੱਛੀ ਦਾ ਕੱਦ ਮਾਸ਼ਾਅੱਲਾ ਜੀ, ਚਿਹਰੇ 'ਚ ਬੈਂਡ ਵੀ ਵੇਖਣਾ ਹੈ, ਚੌਗੀ ਤੋਂ ਛਿੱਗੀ ਲੱਗਦੀ ਹੈ ਵੀ, ਪ੍ਰਿੰਟ ਜ਼ਬਰਦਸਤ ਹੈ, ਸੇਮ ਪ੍ਰਿੰਟ ਵਿੱਚ ਪਹਿਲਨ ਵੈੜ ਹੈ। ਦੂਸਰੇ ਪਾਸੇ ਵੱਛੀ ਦੇ ਮੈਂ ਖਲੋਤਾ ਵਾਂ, ਇਹ ਚੈੱਕ ਕਰੋ ਜੀ ਵੀਡੀਓ ਦੇ ਵਿੱਚ ਵੱਡੀਆਂ ਵੈੜੀਆਂ ਦੇ ਕੱਦ ਛੋਟੇ ਨਜ਼ਰ ਆਉਂਦੇ ਜੀ। ਬਿਹਤਰ ਹੋ ਗਿਆ, ਟੋਰ ਰਿਹਾ ਭਾਈ ਇਰਫਾਨ। ਡੋਗਰ ਸਾਹਿਬ ਕਿਦੋਂ ਦੀ ਸੂਈ ਹੈ ਇਹ? ਫਰਾਜ਼ ਸਾਹਿਬ ਕੱਲ ਸਵੇਰ ਦੀ ਸੂਈ ਹੈ ਮੇਰੀ ਵੈੜੀ ਕੋਲ, ਬੌਲਾ ਵੀ 24-25 ਕਿਲੋ ਮਿਣ ਕੇ ਡੱਬੇ ਨਾ ਹੋਏਗਾ, ਤੇ ਵੇਖੋ ਮੁੱਠੀ ਥਾਨ ਨੇ ਵੈੜੀ ਦੇ ਮਾਸ਼ਾਅੱਲਾ ਜੀ। ਕੱਲ ਦੀ ਸੂਈ ਹੁਣ ਜਿਹੜਾ ਮੌਜੂਦਾ ਬੋਲਿਆ ਦੋਵਾਂ ਟਾਈਮਾਂ ਦਾ ਟੋਟਲ ਸੀ ਵੱਛੀ ਹੈ, ਵੱਛੀ ਦੀ ਵੇਖ ਲਓ ਕੋ ਬਣ ਹੀ ਅੰਦਰ ਨਹੀਂ ਹੈ। ਆ ਚੈੱਕ ਕਰੋ ਮਾਸ਼ਾਅੱਲਾ ਜੀ, ਕੋਈ ਹਲਕਾ ਜਿਹਾ ਕੋਈ ਗਲਾਸ ਹੈ ਵਿੱਚ ਚੌਲਸਤਾਨੀ ਦਾ ਹੋਏਗਾ ਹਲਕਾ, ਠੀਕ ਹੈ ਵੈਰੀ ਡੱਚ ਤੇ ਚੌਲਸਤਾਨੀ ਪਿਓਰ ਹੈ। ਇਸ ਘਰ ਦੀ ਫਰਾਜ਼ ਸਾਹਿਬ ਕੋਈ ਵੀ ਗਾਈ 40-45 ਕਿਲੋ ਤੋਂ ਘੱਟ ਨਹੀਂ ਰਹੀ ਜਿਹੜੇ ਫਾਰਮ ਦੀ ਵੈੜੀ ਮਾਸ਼ਾਅੱਲਾ ਜੀ। ਲੋ ਦੋਸਤੋ ਨੰਬਰ 2 ਤੇ ਚੈੱਕ ਕਰਾਨੇ ਆ ਪੇ ਚੋਗੀ ਵਾਲੀ ਨਹੀਂ ਪੱਠਿਆਂ ਵਾਲੀ ਹੈ, ਚੋਗੀ ਤੋਂ ਛਿੱਗੀ ਹੋ ਰਹੀ ਹੈ ਪਿੱਛੇ, ਜਰਸੀ ਤੇ ਚੁਲਸਤਾਨੀ ਕ੍ਰਾਸ ਵੱਛੀ ਹੈ ਮਾਸ਼ਾਅੱਲਾ ਜੀ। ਆਪਣੀ ਇਹਦੀ ਖੂਬਸੂਰਤੀ ਕੁਆਲਿਟੀ ਦੋਸਤਾਂ ਨੇ ਵੇਖਣੀ ਹੈ, ਥਾਣੀ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ ਮਾਸ਼ਾਅੱਲਾ ਜੀ। ਮੁੱਠੀ ਥਣ ਲੱਗੇ ਨੇ, ਪਹਿਲਾਂ ਹੋ ਕੇ ਥਾਣਾ ਦੀ ਵੰਡ ਵੀ ਦੋਸਤਾਂ ਚੈੱਕ ਕਰਨੀ, ਲਿਬਾਸ ਪਿਛਲੀ ਸਾਈਡ ਤੇ ਵੀ ਨਜ਼ਰ ਆ ਰਿਹਾ, ਫਰੰਟ ਸਾਈਡ ਤੇ ਵੀ ਨਜ਼ਰ ਆ ਰਿਹਾ, ਤੇ ਦੋਵਾਂ ਟਾਈਮਾਂ ਦਾ ਟੋਟਲ ਜਿਹੜਾ ਬੋਲਿਆ 24-25 ਲੀਟਰ ਮਾਸ਼ਾਅੱਲਾ ਜੀ ਹੈ। ਇਹ ਚੈੱਕ ਕਰੋ ਜੀ, ਕੱਚਾ ਨਾੜੂ ਸਾਹਮਣੇ ਨਜ਼ਰ ਆ ਰਿਹਾ, ਰਵੇਲ ਕਾਫੀ ਹੈ। ਡੋਗਰ ਸਾਹਿਬ ਡੱਚ ਤੇ ਚੁਲਸਤਾਨੀ ਦੱਸੀ ਜੀ, ਠੀਕ ਹੈ ਮਾਸ਼ਾਅੱਲਾ ਜੀ। ਰਾਜ ਸਾਹਿਬ ਗਰਮੀ ਦੇ ਵਿੱਚ ਵੀ ਕਿਤੇ ਵੈਰੀ ਗਰਮੀ ਘਟ ਜੇ, ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਅੱਛਾ, ਇੱਕ ਦੀਆਂ ਦੋ ਫ੍ਰੀ ਦੇ ਦਿਆਂਗਾ। ਠੀਕ ਹੈ, ਕੀ ਕੀਮਤ ਹੈ ਡੋਗਰ ਸਾਹਿਬ ਦੀ? ਰਾਜ ਸਾਹਿਬ ਇਹਦਾ ਰੇਟ ਅਗਲੀ ਵੀਡੀਓ ਵਿੱਚ ਦਵਾਂਗੇ ਜੇ ਰਹੀ ਤੇ, ਪਹੁੰਚੀ ਮੈਨੂੰ ਪਤਾ ਸੇਲ ਹੋਈਆਂ ਨਹੀਂ ਅੱਲਾ ਦੇ ਫਜ਼ਲ। ਬਿਲਕੁਲ ਜੀ, ਇਹੋ ਜਿਹੀ ਚੀਜ਼ਾਂ ਅੱਜ ਕੱਲ ਤੇ ਸ਼ੌਕ ਦੇ ਮੁੱਲ ਨਹੀਂ ਫਰਾਜ਼ ਸਾਹਿਬ, ਵੇਖੋ ਵੈੜੀ ਦੇ ਥਾਣ ਮਾਸ਼ਾਅੱਲਾ ਜੀ। ਇਰਫਾਨ ਸਾਹਿਬ ਫੇਰ ਚੱਕਰ ਲਵਾਓ, ਕੀ ਜਲਦੀ ਤੁਹਾਨੂੰ ਤੇ ਹਲੇ ਲੋ ਸ਼ੋ ਹੈ ਵੈਣੀ ਨੂੰ, ਪੂਰੇ ਮੁੱਠੀ ਲੋ ਦੇ ਵਿੱਚ ਵੀ ਮੁੱਠੀ ਥਾਨ ਨੇ, ਚਿਹਰਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਲੋ ਜੀ ਦੋਸਤੋ, ਪਿੱਛੇ ਵੱਛੀ ਹੈ, ਆਪੀ ਵੀ ਪਹਿਲਨ ਵੈੜ ਹੈ, ਪਿੱਛੇ ਵੀ ਵੱਛੀ ਮਾਸ਼ਾਅੱਲਾ ਜੀ। ਚੋਗੀ ਤੋਂ ਛਿੱਗੀ ਹੁੰਦੀ ਹੈ, ਕੱਦ ਨਹੀਂ ਹੁੰਦੇ, ਰਵੇਲ ਨਹੀਂ ਹੁੰਦੀ, ਖੂਬਸੂਰਤੀ ਨਹੀਂ ਹੁੰਦੀ ਮਾਸ਼ਾਅੱਲਾ ਜੀ। ਲੋ ਜੀ ਦੋਸਤੋ, ਨਜ਼ਾਰਾ ਫੇਰ ਕਰ ਲੈਣਾ, ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ, ਡੋਗਰ ਸਾਹਿਬ ਦਾ ਨੰਬਰ ਸਕਰੀਨ 'ਤੇ ਆ ਰਿਹਾ, ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਨੇ ਮਾਸ਼ਾਅੱਲਾ ਜੀ। ਪੁੱਠਾ ਵੀ ਦੋਸਤਾਂ ਚੈੱਕ ਕਰਨਾ, ਇਹ ਚੈੱਕ ਕਰੋ ਜੀ, ਨਜ਼ਾਰਾ ਕਰਨਾ, ਹੱਥ ਚੁੱਕੇ ਨੇ ਤੇ ਫਿਰ ਪੁੱਠਾ ਚੈੱਕ ਕਰਾਇਆ ਗਿਆ ਮਾਸ਼ਾਅੱਲਾ ਜੀ। ਠੀਕ ਹੈ ਭਾਈ, ਇਰਫਾਨ ਲਾ ਵਜੇ ਲੰਮੀ ਟੋਰੋ, ਹੋਰ ਵੀ ਡੋਗਰ ਸਾਹਿਬ ਹੈ ਕੋਈ ਜਾਨਵਰ?
ਠੀਕ ਹੈ, ਝੋਟੀਆਂ ਵੀ ਹੈ ਮਾਸ਼ਾਅੱਲਾ ਜੀ। ਅਗਰ ਕੋਈ ਦੋਸਤ ਝੋਟੀਆਂ ਵੀ ਖਰੀਦਣਾ ਚਾਹੁੰਦਾ ਪਿਓਰ ਨੀਲੀ ਦੀਆਂ ਨੇ, ਤੇ ਦੋਸਤ ਡੋਗਰ ਸਾਹਿਬ ਦੇ ਡੇਰੇ ਤੇ ਆ ਸਕਦਾ ਜਾਂ ਰਾਬਤਾ ਕਰ ਸਕਦਾ। ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ ਭੱਲੀ ਸਾਹਿਬ ਦੇ ਟੋਲਗੇ ਜੀ ਯਾਦ ਰੱਖਣ ਸਾਡੇ ਦੋਸਤ ਭੱਲੀ ਸਾਹਿਬ ਡਰਦੇ ਕਿਉਂ? ਠੀਕ ਹੈ ਫਰਾਜ਼ ਸਾਹਿਬ, ਸਾਰੇ ਭਰਾ ਦਵਾ ਯਾਦ ਰੱਖਣ, ਇਹਨਾਂ ਦੀ ਚਾਹਤ ਤੇ ਮੁਹੱਬਤ ਸਾਡੇ ਨਾਲ ਹੈ ਤੇ ਫੇਰ ਹੀ ਅਸੀਂ ਕਹਿ ਜੀ। ਡੋਗਰ ਸਾਹਿਬ ਬਹੁਤ ਸ਼ੁਕਰੀਆ, ਜਾਨਵਰ ਚਾਹੇ ਥੋੜ੍ਹੇ ਹੋਣ ਡੋਗਰ ਸਾਹਿਬ ਖੁੜਾਕ ਫਿਰ ਵੀ ਵੱਡਾ ਕਰ ਛੱਡਦੇ ਨੇ। ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ ਦੀ ਹੈ। ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।